ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਲੌਗ ਮੈਂ ਤਾਂ ਕਰਕੇ ਸ਼ੁਰੂ ਐਵੇਂ ਕੀਤਾ ਗਾ, ਮਤਲਬ ਮੈਂ ਹਜੇ ਤਿਆਰ ਹੋਣਾ ਗਾ ਅਤੇ ਵਾਲ ਵੂਲ 'ਚ ਖਿਲਰੇ ਪਏ ਸੀ। ਮੈਂ ਕਿਹਾ ਕਾਹਨੂੰ ਕੈਮਰਾ ਮੂੰਹ 'ਤੇ ਲਾਉਣਾ, ਹੈ ਨਾ। ਮੈਂ ਕਿਹਾ ਪਹਿਲਾਂ ਤਿਆਰ ਵਿਆਰ 'ਚ ਹੋ ਜਾਈਏ, ਥੋੜ੍ਹਾ ਜਿਹਾ ਮੂੰਹ ਸਿਰ ਬਣਾ ਲਈਏ। ਅਤੇ 1000 ਰੁਪਏ ਦੇ ਪਏ ਆ ਸੈਂਡਲ, ਅਤੇ ਪਿਆ ਸੂਟ 1000 ਰੁਪਏ ਦਾ ਹੀ ਪਾ ਕੇ ਜਾਊਗਾ ਹਰਫ। ਸੋ ਅਸੀਂ ਚੱਲੇ ਰਿਸ਼ਤੇਦਾਰੀ 'ਚ, ਕਿੱਥੇ ਚੱਲੇ ਹਾਂ, ਹੈ ਨਾ। ਅਤੇ ਉਹ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਉੱਥੇ। ਅਤੇ ਮੈਂ ਤੁਹਾਨੂੰ ਦਿਖਾਉਂਦੀ ਹੈਗੀ ਆਹ ਮੇਰਾ ਸੂਟ ਮੈਂ ਪ੍ਰੈੱਸ ਕੀਤਾ, ਆਹ ਦੁਪੱਟੇ ਨਾਲ ਜਿਹੜਾ ਪ੍ਰਿੰਟਡ ਹੈ। ਪਹਿਲਾਂ ਮੈਂ ਜਿਹੜਾ ਫਿੱਕਾ ਜਿਹਾ ਨਹੀਂ ਜਿਗ ਜੈਗ ਜਿਹਾ ਪ੍ਰਿੰਟ ਬਣਿਆ ਉਹ ਪਾਉਣਾ ਸੀ, ਅਤੇ ਪਰ ਬਾਅਦ ਵਿੱਚ ਉਹ ਮੇਰਾ ਯਾਦ ਆਇਆ ਵੀ ਉਹ ਧੋਣ ਵਾਲਾ ਪਿਆ ਸੂਟ। ਇਹ ਸੂਟ 'ਤੇ ਵੀ ਥੋੜ੍ਹੀ ਜਿਹੀ ਪ੍ਰੈੱਸ ਲੱਗ ਗਈ ਸੀ, ਹੈ ਨਾ, ਜਦੋਂ ਕਿਸਮਤ ਖਰਾਬ ਹੋਵੇ। ਅਤੇ ਫਿਰ ਇਹ ਸੂਟ ਮੈਂ ਪਾ ਕੇ ਜਾਊਂਗੀ, ਦੁਪੱਟੇ 'ਤੇ ਮੈਂ ਪ੍ਰੈੱਸ ਨਹੀਂ ਮਾਰੀ। ਮੈਂ ਕਿਹਾ ਚਲੋ ਆਹੀ ਲੈ ਲਾਂਗੇ, ਵੈਸੇ ਐਂ ਮੈਨੂੰ ਦੁਪੱਟਾ ਸੰਭਾਲ ਲੈਣਾ ਥੋੜ੍ਹਾ ਜਿਹਾ ਔਖਾ ਲੱਗਦਾ ਇਹ, ਪਰ ਉਹ ਕਲਰ ਸੋਹਣਾ, ਚਲੋ ਰਿਸ਼ਤੇਦਾਰੀ ਥੋੜ੍ਹਾ ਜਿਹਾ ਡਾਰਕ ਜਿਹੇ ਕਲਰ ਦਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੂਟ, ਹੈ ਨਾ। ਅਤੇ ਬਸ ਹੁਣ ਮੈਂ ਤਿਆਰ ਹੁੰਦੀ ਹਾਂ, 1000 ਰੁਪਏ ਆਪਾਂ ਤਿਆਰ ਹੋ ਗਏ। ਪਹਿਲਾਂ ਤਾਂ ਇਰਾਦਾ ਸੀਗਾ ਵੀ ਹਰਫ ਦੇ ਸਕੂਲ ਵਿੱਚ ਦੀ ਜਾਵਾਂਗੇ, ਵੀ ਉਹਨੂੰ ਉੱਥੋਂ ਚੜ੍ਹਾ ਲਾਂਗੇ ਸਕੂਲ 'ਚੋਂ। ਫਿਰ ਮੈਂ ਕਿਹਾ ਵੀ ਉਹਨੂੰ ਛੁੱਟੀ ਤਾਂ ਦਿਵਾਉਣੀ ਆ, ਹਰਫ ਨੂੰ ਹਾਫ ਡੇ ਦਿਵਾਉਣਾ ਹੀ ਆ, ਹੈ ਨਾ। ਅਤੇ ਮੈਂ ਕਿਹਾ ਵੀ ਤੁਸੀਂ ਘਰ ਹੀ ਲਾਇਆ ਹੋਵੇ, ਉਹਦਾ ਮੂੰਹ ਹੱਥ ਧੋ ਦੂੰਗੀ, ਅਤੇ ਜਾਂ ਨਹਾ ਹੀ ਲਊਗਾ ਜਿਹਨੇ ਨਹਾਉਣਾ ਹੋਇਆ, ਕਿਉਂਕਿ ਸੁਬਹ ਨਹਾ ਕੇ ਗਿਆ ਸੀ। ਅਤੇ ਮੌਸਮ ਤਾਂ ਠੰਡਾ, ਮੀਂਹ ਜਿਹਾ ਮੌਸਮ ਸੀ, ਅਸੀਂ ਕਾਫੀ ਦਿਨਾਂ ਦੇ ਰਹਿ ਕਰੀ ਜਾਂਦੇ ਸੀ, ਅਤੇ ਅਸੀਂ ਕਿਹਾ ਵੀ ਅੱਜ ਜਾਵਾਂ ਕੱਲ੍ਹ ਜਾਵਾਂ, ਅਸੀਂ ਕਿਹਾ ਮੌਸਮ ਠੰਡਾ ਜਿਹਾ ਹੋ ਜਾਵੇ ਫਿਰ ਚੱਲਦੇ ਹਾਂ। ਰੋਟੀ ਖਾ ਲਈ, ਦੋ ਦੋ ਰੋਟੀਆਂ ਹੀ ਖਾਧੀਆਂ ਗਈਆਂ ਸੀ, ਕਿਹਾ ਨਾ, ਮਤਲਬ ਵੀ ਥੋੜ੍ਹੀ ਰੋਟੀ ਖਾਧੀ, ਅਸੀਂ ਕਿਹਾ ਬੈਠ ਕੇ ਜਾਵਾਂਗੇ, ਇੰਨੀ ਦੂਰ ਔਖਾ ਜਿਹਾ ਹੋ ਜਾਂਦਾ ਫਿਰ, ਹੈ ਨਾ, ਵੀ ਉੱਥੇ ਰਾਹ 'ਚ ਜਾਂਦੇ ਕੁਛ ਖਾ ਪੀ ਲਾਂਗੇ। ਅਤੇ ਉੱਧਰ ਮੇਰਾ ਪਰਸ ਕੱਢਿਆ ਪਿਆ, ਉਦੋਂ ਬਾਅਦ ਆਪਾਂ ਰੈਡੀ ਹੋ ਕੇ ਚੱਲਦੇ ਹਾਂ। ਬੋਲ ਹਰਫ, ਕੀ ਬੋਲਦਾ ਸੀ? ਹੁਣ ਹੁਣ ਹਰਫ ਨੂੰ ਜਾਵੇ ਭੁੱਖ ਲੱਗ ਗਈ ਸ਼ਹਿਰ ਦੇ ਵਿੱਚ ਆ ਕੇ, ਕਿਉਂਕਿ ਅਸੀਂ ਪਹਿਲਾਂ ਵੀ ਭੁੱਖ ਲੱਗੀ, ਮੈਂ ਕੁਝ ਖਾਣਾ ਨਹੀਂ ਕਰੀ ਜੀ, ਘਰੇ ਕੁਛ ਨਹੀਂ ਖਾਧਾ ਹਰਫ ਨੇ। ਅਸੀਂ ਹਰਫ ਨੂੰ ਸਕੂਲੋਂ ਛੁੱਟੀ ਸਿੱਧੀ ਐਂ ਦਵਾ ਲਿਆ, ਅਤੇ ਹੁਣ ਹਰਫ ਨੂੰ ਐਪੀ ਦਵਾਈ ਅਤੇ ਕੁਛ ਖਾਣ ਨੂੰ ਦਵਾਇਆ। ਅਸੀਂ ਕਿਹਾ ਰਾਹ 'ਚ ਕੋਈ ਫਰੂਟ ਹੋਰ ਦਵਾ ਦੇਂਗੇ, ਛਿੱਲੀ ਛਿੱਲੀ ਪੌਪਕਾਰਨ ਲੈ ਲਏ ਹਰਫ। ਜਦੋਂ ਰਸਤੇ 'ਤੇ ਨਿਕਲ ਕੇ ਸ਼ਹਿਰ 'ਚ ਆ ਕੇ ਜ਼ਿਆਦਾ ਭੁੱਖ ਲੱਗ ਗਈ, ਹੈ ਨਾ ਹਰਫ, ਪਹਿਲਾਂ ਨਹੀਂ ਲੱਗੀ ਸੀ? ਬਠਿੰਡੇ 'ਚ, ਬਠਿੰਡੇ ਤੋਂ ਆਪਾਂ ਮਤਲਬ ਜਿਹੜੀ ਰਿਸ਼ਤੇਦਾਰੀ 'ਚ ਜਾਣਾ, ਹੈ ਨਾ, ਕਿਉਂਕਿ ਸ਼ਹਿਰ ਵਿੱਚ ਦੀ ਤਾਂ ਲੰਘਣਾ ਹੀ ਪੈਂਦਾ। ਮੈਨੂੰ ਲੱਗਦਾ ਵੀ ਵਿੱਚ ਦੀ ਇਹੀ ਸ਼ਹਿਰ ਆਊਗਾ, ਇੱਕ ਹੋਰ ਸ਼ਹਿਰ ਆਊਗਾ, ਅਤੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ। ਅਤੇ ਆਪਣੇ ਆਪਦੇ ਫੇਵਰੇਟ ਸਿੰਗਰ ਦੇ ਗਾਣੇ ਲਾ ਰੱਖਿਆ ਗੱਡੀ 'ਚ, ਕਹਿੰਦਾ ਗਾਣਾ ਹੀ ਚੇਂਜ ਕਰਨਾ, ਹੈ ਨਾ ਹਰਫ। ਹਾਂ ਹਰਫ ਦੀ ਗੱਡੀ 'ਚ ਸਾਡੇ ਇਹੀ ਗਾਣੇ ਵੱਜਣਗੇ ਹੁਣ ਜੋ ਅਸੀਂ ਰਿਸ਼ਤੇਦਾਰੀ ਤੱਕ ਮਤਲਬ ਪਹੁੰਚਾਂਗੇ। ਅਤੇ ਬਾਕੀ ਚਲੋ ਜੀ, ਆਪਾਂ ਅੱਗੇ ਜਾ ਕੇ ਤੁਹਾਨੂੰ ਮਿਲਦੇ ਹਾਂ, ਹੈ ਨਾ। ਅਤੇ ਵਲੌਗ ਤੁਸੀਂ ਪੂਰਾ ਦੇਖਿਓ, ਅਤੇ ਬਾਅਦ ਵਿੱਚ ਲਾਈਕ ਜ਼ਰੂਰ ਕਰਿਆ ਕਰੋ ਵਲੌਗ ਨੂੰ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਅਤੇ ਹਰਫ ਦੇ ਪਾਪਾ ਗਏ ਆ ਜੀ ਉੱਧਰ ਫਰੂਟ ਲੈਣ, ਮੈਨੂੰ ਲੱਗਿਆ ਇਸ ਰੇਹੜੀ 'ਤੇ ਜਾਣਗੇ, ਅਤੇ ਇੱਧਰ ਗਏ ਆ ਫਰੂਟ ਲੈਣ। ਫਰੂਟ ਲੈ ਕੇ ਆਉਂਦੇ ਆ, ਅਤੇ ਉਦੋਂ ਬਾਅਦ ਆਪਾਂ ਗਾਂਹ ਚੱਲਦੇ ਹਾਂ। ਹਰਫ ਤੂੰ ਖਾਣਾ ਕੁਛ ਕੋਈ ਫਰੂਟ? ਅੰਗੂਰ? ਚੱਲ ਮੈਂ ਤੇਰੇ ਪਾਪੇ ਨੂੰ ਕਹਿ ਦਿੰਦੀ ਹਾਂ ਇੱਥੋਂ ਬਾਜ ਮਾਰ ਕੇ। ਫਰੂਟ ਵੀ ਨਾ ਮਤਲਬ ਸੀਜ਼ਨ ਦੇ ਹਿਸਾਬ ਨਾਲ ਆਉਂਦੇ ਆ, ਹੈ ਨਾ, ਵੀ ਬਾਹਲੇ ਕੋਈ ਵਧੀਆ ਵੀ ਨਹੀਂ ਆਉਂਦੇ, ਅਤੇ ਬਸ ਇੱਕ ਮਜਬੂਰੀ 'ਚ ਫਰੂਟ ਆਪਾਂ ਨੂੰ ਮੁੱਲ ਖਰੀਦ ਕੇ ਖਾਣੇ ਪੈਂਦੇ ਆ, ਹੈ ਨਾ। ਫਰੂਟ ਨਾ ਵੀ ਬਾਹਲੇ ਖਰਾਬ ਆਉਂਦੇ ਆ, ਹੈ ਨਾ, ਮਜਬੂਰੀ ਆ। ਚਲੋ ਆਪਣੇ ਕਿਹੜਾ ਹੁਣ ਘਰੇ ਫਰੂਟਾਂ ਦੇ ਬੂਟੇ ਲੱਗੇ ਹੁੰਦੇ ਆ, ਹੈ ਨਾ, ਅਤੇ ਕਈ ਵਾਰ ਕਿਤੇ ਸਰਦੀਆਂ 'ਚ ਤਾਂ ਮਾਲਟਿਆਂ ਦੇ ਬੂਟੇ ਜਾਂ ਹੁਣ ਅੱਜ ਕੱਲ੍ਹ ਸੀਜ਼ਨ ਆ ਵੀ ਜਾਮਣਾਂ ਦੇ ਬੂਟੇ ਲੱਗੇ ਹੁੰਦੇ ਆ ਘਰੇ, ਕਈ ਤਾਂ ਅੰਬ ਵੀ ਲੋਕਾਂ ਦੇ ਬੂਟੇ ਜਿਹੜੇ ਪਹਿਲਾਂ ਦੇ ਪੁਰਾਣੇ ਚੱਲੇ ਹੋਏ ਆ। ਅਸੀਂ ਦੋ ਦਿਨ ਵਾਰੀ ਨਾ ਜਾਮਣ ਦਾ ਬੂਟਾ ਲਾ ਕੇ ਦੇਖ ਲਿਆ, ਉਹਨੂੰ ਸਿਉਂਕ ਖਾ ਗਈ ਥੱਲਿਓ। ਅਤੇ ਬਾਕੀ ਜੇ ਤੁਹਾਡੇ ਕੋਲ ਮਤਲਬ ਹੋਈ ਨਾ ਕੋਈ ਰਾਏ, ਹੈ ਨਾ, ਜਾਂ ਤੁਸੀਂ ਬੂਟਾ ਚਲਾਇਆ ਹੋਇਆ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਸ਼ੇਅਰ ਕਰਿਓ। ਤਾਂ ਅਸੀਂ ਦੋ ਵਾਰੀ ਬੂਟੇ ਲਾਤੇ ਹੈਗੇ, ਅਤੇ ਖਾਣੀ ਤਾਂ ਭਾਈ ਵੀ ਪਿੰਡ ਦੇ ਵਿੱਚ ਆਪਣੇ ਘਰ ਸੀਗੇ, ਹੈ ਨਾ, ਵੀ ਪਿੰਡਾਂ ਦੇ ਵਿੱਚ ਕਰਕੇ ਉਸ ਹਿਸਾਬ ਨਾਲ ਮਿੱਟੀ ਦੇ ਹਿਸਾਬ ਨਾਲ ਸਿਉਂਕ ਪੈ ਗਈ। ਜਿਹੜਾ ਆਪਣਾ ਦੂਜਾ ਘਰ ਹੈ ਨਾ, ਉੱਧਰਲੇ ਪਾਸੇ ਖੇਤ ਵਾਲੀ ਮਿੱਟੀ ਆ, ਆਪਾਂ ਉੱਧਰ ਟਰਾਈ ਕਰਕੇ ਦੇਖਾਂਗੇ ਬੀਜ ਕੇ। ਅਤੇ ਕੱਲ੍ਹ ਆਪਾਂ ਚੱਲੀ ਸੀਗੀ ਫਰੂਟਾਂ ਤੋਂ ਗੱਲ ਸੱਚ, ਕੱਲ੍ਹ ਘਰੇ ਅੰਬ ਪਏ ਸੀ, ਪਰਸੋਂ ਲਿਆਂਦੇ ਸੀ ਅੰਬ, ਅਤੇ ਉਹਦੇ ਵਿੱਚੋਂ ਨਾ ਇੱਕ ਦੋ ਦੇਖ ਦੇਖ ਕੇ ਖਾ ਲਿਓ, ਦੂਜੇ ਅੰਬ ਛੋਟੇ ਸੀਗੇ ਵੀ, ਮਤਲਬ ਜਿਹੜੇ ਆਪਾਂ ਗ੍ਰੀਨ ਜਿਹੇ ਹੁੰਦੇ ਆ, ਕਿਉਂਕਿ ਅੰਬਾਂ ਦੀ ਵੀ ਕਾਫੀ ਜ਼ਿਆਦਾ ਵਰਾਇਟੀ ਆਉਂਦੀ ਆ। ਅਤੇ ਉਹਦੇ ਵਿੱਚ ਨਾ ਮਤਲਬ ਸੁੰਡ ਕੀੜੇ ਪਏ ਸੀਗੇ, ਕੀੜੇ ਖਰਾਬ ਹੋਏ ਪਏ ਸੀ ਅੰਬ ਜਮਾਂ, ਅਤੇ ਜੀ ਨਹੀਂ ਕੀਤਾ ਖਾਣ ਨੂੰ। ਅਤੇ ਹੁਣ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੇਰਾ ਦਿਲ ਨਹੀਂ ਕਰਦਾ ਵੀ ਅੰਬ ਖਰੀਦ ਗਏ ਅਤੇ ਖਾ ਗਏ। ਹਰਫ ਲਿਆ ਜਰਾ ਪਾਪਾ ਫਰੂਟ, ਹੈ ਨਾ, ਤੂੰ ਖਾਣਾ ਕੁਛ ਨਹੀਂ ਖਾਣਾ? ਮੈਂ ਹਰਫ ਨੂੰ ਪੁੱਛਿਆ, ਮੈਂ ਕਿਹਾ ਤੂੰ ਕੁਛ ਖਾਣਾ? ਕਹਿੰਦਾ ਅੰਗੂਰ ਲੈਣੇ ਆ। ਅੰਗੂਰ ਕਿੱਥੇ? ਅੰਗੂਰ ਸਹੀ ਨਹੀਂ, ਸਹੀ ਨਹੀਂ, ਛੱਡ ਪਰੇ। ਚਲੋ ਫਿਰ ਖਾਣ ਨੂੰ ਲੈ ਤਾਂ ਲਿਆਵਾ ਤੂੰ ਇੰਨਾ ਖਾਣ ਨੂੰ, ਹਜੇ ਗਾਂ ਸਫ਼ਰ ਪਿਆ ਹਰਫ, ਗਾਂ ਹੋਰ ਚੀਜ਼ਾਂ ਮੰਗੇਗਾ ਤੂੰ ਗਾਂ ਜਾ ਕੇ। ਮੌਸਮ ਜੀ ਮੀਂਹ ਦਾ ਪੂਰਾ ਬਣ ਗਿਆ,
ਮਤਲਬ ਹਵਾ ਚੱਲੀ ਜਾਂਦੀ ਆ ਬਾਹਰ ਆਉਣਾ ਹੀ ਨਹੀਂ ਪਤਾ ਵੀ ਆਪਾਂ ਰਿਸ਼ਤੇਦਾਰੀ 'ਚ ਜਾਂਦੇ ਹਾਂ ਵੀ ਉੱਥੇ ਮੀਂਹ ਹੋਵੇ ਜ਼ਿਆਦੇ ਤਾਂ ਨਹੀਂ ਪਤਾ ਵੀ ਆਉਂਦਿਆਂ ਨੂੰ ਆਪਣੇ ਪਿੰਡ ਵੀ ਮੀਂਹ ਹੋਵੇ ਅਤੇ ਪਰ ਮੌਸਮ ਮੀਂਹ ਦਾ ਬਣ ਗਿਆ ਦੇਖੋ ਇੱਥੇ ਆ ਕੇ ਧੁੱਪ 'ਚ ਹੈਗੇ ਪਰ ਪਿੱਛੇ ਅਸੀਂ ਲੰਘ ਕੇ ਆਏ ਹਾਂ ਉਦੋਂ ਮੈਂ ਬਲੌਗ ਸਟਾਰਟ ਨਹੀਂ ਕੀਤਾ ਸੀ ਅਤੇ ਬੱਦਲਵਾਈ ਸੀ ਪੂਰੀ ਅਤੇ ਪੂਰਾ ਮਤਲਬ ਮੀਂਹ ਦਾ ਮੌਸਮ ਬਣਿਆ ਪਿਆ ਵੀ ਮੀਂਹ ਹੁਣੇ ਆਊਗਾ ਥੋੜ੍ਹੇ ਟਾਈਮ ਤੱਕ ਹਾਂ ਕਿਉਂਕਿ ਦੋ ਤਿੰਨ ਦਿਨਾਂ ਦੀ ਬਹੁਤ ਜ਼ਿਆਦਾ ਗਰਮੈਸ਼ ਸੀ ਕੱਲ੍ਹ ਮੀਂਹ ਪਿਆ ਗਾ ਹਰਫ ਦਾ ਪੂਰਾ ਇੰਜੋਏ ਕਰਦਾ ਜਾਂਦਾ ਸਫ਼ਰ ਹੈ ਨਾ ਹੈ ਨਾ ਤੇ ਮੈਨੂੰ ਵੀ ਤੇਰੇ ਪੈਕਟ ਖੋਲ ਲਿਆ ਹੁਣ ਦੇ ਦੇ ਅੱਛਾ ਉਹ ਦੂਜਾ ਬੋਤਲ ਰੱਖੀ ਬੈਠਾ ਵਿੱਚ ਹਾਂ ਖੋਲ ਕੇ ਰੱਖੀ ਬੈਠਾ ਵਿੱਚ ਉਹਦੀ ਜਿੱਪ ਖੋਲ ਲਈ ਖਾ ਲਾ ਚੰਗਾ ਇਹ ਤੇ ਗਲਾਸ ਰੱਖ ਲਾ ਤੇ ਇੱਥੋਂ ਜੀ ਸਫ਼ਰ ਸਾਡਾ ਰਹਿ ਗਿਆ ਜਿਹੜਾ ਕਿੰਨੇ ਕਿਲੋਮੀਟਰ ਹੈ 35 ਕਿਲੋਮੀਟਰ ਰਹਿ ਗਿਆ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਤਾ ਮੈਨੂੰ ਕਿਲੋਮੀਟਰਾਂ ਦਾ ਇੰਨਾ ਕੋਈ ਹਿਸਾਬ ਕਿਤਾਬ ਹੈ ਨਹੀਂ ਮਤਲਬ ਹੈ ਨਾ ਡਰਾਈਵਿੰਗ ਕਰਦੇ ਆ ਚਲੋ ਬੰਦਿਆਂ ਨੂੰ ਪਤਾ ਹੁੰਦਾ ਤੇ ਇਹ 35 ਕਿਲੋਮੀਟਰ ਰਹਿ ਗਿਆ ਤੇ ਸਾਨੂੰ ਕਿੰਨੇ ਮਿੰਟ ਲੱਗਣਗੇ 40 ਮਿੰਟ ਲੱਗਣਗੇ ਬਸ 40 ਮਿੰਟ ਲੱਗਣਗੇ ਤਲਵੰਡੀ ਸਾਬੋ ਸੋ ਤਲਵੰਡੀ ਸਾਬੋ ਤੋਂ ਇੱਧਰ ਨੂੰ ਥੋੜ੍ਹਾ ਜਿਹਾ ਆਪਾਂ ਮੁੜ ਜਾਵਾਂਗੇ ਤਾਂ ਬੀਬੀ ਕਾ ਪਿੰਡ ਆ ਜੂ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਅਤੇ ਤੁਸੀਂ ਗੈਸ ਕਰੋ ਜਲਦੀ ਜਲਦੀ ਵੀਡੀਓ ਚੱਲਦੀ ਦੇ ਵਿੱਚ ਵੀ ਆਪਾਂ ਕਿੱਥੇ ਜਾਂਦੇ ਹਾਂ ਬੀਬੀ ਕੇ ਪਿੰਡ ਤਾਂ ਆਪਾਂ ਹੁਣ ਹੀ ਆਏ ਹਾਂ ਵੈਸੇ ਅਤੇ ਫਿਰ ਆਪਾਂ ਰਿਸ਼ਤੇਦਾਰੀ ਤੁਹਾਨੂੰ ਆਈਡੀਆ ਤਾਂ ਹੋ ਹੀ ਗਿਆ ਹੋਊ ਵੀ ਆਪਾਂ ਕਿਹੜੀ 'ਚ ਚੱਲੇ ਹਾਂ ਕਿੱਥੇ ਚੱਲੇ ਹਾਂ ਹੈ ਨਾ ਅਤੇ ਕੋਲਡ ਡਰਿੰਕ ਵਿੱਚ ਲੜਾਈ ਹੋ ਗਈ ਹੁਣ ਤਾਂ ਵੀ ਗਿਆ ਤੁਹਾਡਾ ਝਗੜਾ ਤੁਸੀਂ ਦੋਨੇ ਨਿਬੇੜੋ ਆਪੇ ਹੈ ਨਾ ਵੀ ਅਰਫ ਹਾਂ ਹੁਣ ਸ਼ਹਿਰ 'ਚ ਤਾਂ ਆ ਗਏ ਆਪਾਂ ਇੱਥੋਂ ਇੱਥੇ ਆ ਗਏ ਜੀ ਆਪਾਂ ਤਲਵੰਡੀ ਸਾਬੋ ਅਤੇ ਤੁਹਾਨੂੰ ਮੈਂ ਦਿਖਾਉਣੀ ਆ ਵੀ ਇੱਥੋਂ ਬੀਬੀ ਕੇ ਪਿੰਡ ਨੂੰ ਰਾਹ ਵੀ ਮੁੜਦਾ ਵੈਸੇ ਆਪਾਂ ਬੱਸ 'ਤੇ ਆਉਂਦੇ ਹੁੰਦੇ ਉਦੋਂ ਕਦੇ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਵੀ ਦਿਖਾਇਆ ਨਹੀਂ ਜਾਂਦਾ ਕਿਉਂਕਿ ਪਿਛਲੀ ਸੀਟ 'ਤੇ ਕਲੀਅਰ ਬੈਠੇ ਹੁੰਦੇ ਹਾਂ ਹੈ ਨਾ ਇੱਧਰ ਨੂੰ ਸ਼ਹਿਰ ਆ ਜਾਂਦਾ ਬਾਜ਼ਾਰ 'ਚ ਜਾਣਾ ਜੀ ਆਪਾਂ ਅਤੇ ਇੱਧਰ ਬੀਬੀ ਕੇ ਪਿੰਡ ਨੂੰ ਸੜਕ ਮੁੜਦੀ ਆ ਇੱਧਰ ਅਤੇ ਆਪਾਂ ਜਾਣਾ ਸਿੱਧੇ ਰਿਸ਼ਤੇਦਾਰੀ ਜਿਹੜੀ ਜਾਣਾ ਪਸੀਨਾ ਸਿੱਧੇ